13 ਪੋਹ ਵਾਲੇ ਦਿਨ ਸਾਹਿਬਜ਼ਾਦਿਆਂ ਦੀ ਆਖਰੀ ਪੇਸ਼ੀ ਹੋਈ। ਸੂਬੇਦਾਰ ਵਜ਼ੀਰ ਖਾਂ ਨੇ ਕਿਹਾ ਕਾਜ਼ੀ ਸਾਹਿਬ ਫਤਵਾ ਲਾਓ। ਕਾਜ਼ੀ ਨੇ ਫਤਵਾ ਲਾਇਆ, ਇਹਨਾਂ ਨੂੰ ਜ਼ਿੰਦਾ ਨੀਆਂ ਵਿੱਚ ਚਿਣ ਦਿਓ। ਇੱਟਾਂ ਆ ਗਈਆਂ, ਗਾਰਾ ਬਣ ਗਿਆ, ਰਾਜ ਆ ਗਏ, ਮਜ਼ਦੂਰ ਆ ਗਏ। ਕਹਿੰਦੇ ਨੇ ਰਾਜ ਰੋਇਆ, ਮਜ਼ਦੂਰ ਨੇ ਧਾ ਮਾਰੀ, ਜਿੰਦ ਗਾਰੇ ਦੀ ਟਿਲਕਦੀ ਜਾਣ ਲੱਗੀ। ਇੱਟਾਂ ਚੀਕੀਆਂ, ਸਾਨੂੰ ਨਾ ਲਾਓ, ਪਰ ਤੇਸੀ ਉਹਨਾਂ ਦੇ ਪਾਸੇ ਉਡਾਉਣ ਲੱਗੀ। ਗਰਦਨਾਂ ਤੱਕ ਦੀ ਵਾਰ ਆਈ। ਕਹਿੰਦੇ ਨੇ ਇੱਕ ਭੁਚਾਲ ਆਇਆ, ਸਲਸਲਾ ਆਇਆ, ਕਿਲ੍ਹੇ ਦੀ ਕੰਧ ਵਿੱਚ ਤਰੇੜਾਂ ਆ ਗਈਆਂ, ਦੀਵਾਰ ਗਿਰ ਗਈ, ਸਾਹਿਬਜ਼ਾਦੇ ਬੇਹੋਸ਼ ਹੋ ਗਏ। ਵਜ਼ੀਰ ਖਾਨ ਕਹਿਣ ਲੱਗਾ ਇਹਨਾਂ ਨੂੰ ਹੋਸ਼ ਵਿੱਚ ਲਿਆਂਦਾ ਜਾਏ। ਗਿਆਨੀ ਗਿਆਨ ਸਿੰਘ ਜੀ ਬੜੇ ਵਿਦਵਾਨ ਹੋਏ ਨੇ, ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ ਕਿ ਸਾਹਿਬਜ਼ਾਦਿਆਂ ਨੂੰ ਮਮਿਆਈ ਪਿਆਈ ਗਈ। ਆਮ ਸਾਡੇ ਪਿੰਡਾਂ ਦਾ ਰਿਵਾਜ਼ ਹੈ ਕਿਸੇ ਨੂੰ ਸੱਟ ਲੱਗ ਜਾਏ, ਕਹਿੰਦੇ ਨੇ ਦੁੱਧ ਵਿੱਚ ਪਾ ਕੇ ਘਿਓ ਪਿਆਓ। ਸਾਹਿਬਜ਼ਾਦਿਆਂ ਦੇ ਮੂੰਹ 'ਚ ਚਿਮਚੇ ਪਾਏ ਗਏ, ਦੁੱਧ ਦੇ ਅਤਰ ਫਲੇਲ ਦੇ ਛਿੱਟੇ ਮਾਰੇ ਗਏ, ਹੋਸ਼ ਵਿੱਚ ਲਿਆਂਦਾ ਗਿਆ। ਵਜ਼ੀਰ ਖਾਨ ਕਹਿਣ ਲੱਗਾ ਕੋਈ ਜਲਾਦ ਉੱਠੇ ਜਿਹੜਾ ਇਹਨਾਂ ਨੂੰ ਜ਼ਬਾ ਕਰੇ। ਕਿਸੇ ਦਾ ਹੌਸਲਾ ਨਹੀਂ ਪੈਂਦਾ। ਆਖਿਰਕਾਰ ਕਹਿੰਦੇ ਨੇ ਸਮਾਣੇ ਦੇ ਦੋ ਜਲਾਦ ਉੱਠੇ, ਸ਼ਾਸ਼ਰ ਬੇਗ ਅਤੇ ਬਾਸ਼ਰ ਬੇਗ। ਇਹਨਾਂ ਦਾ ਕੋਈ ਮੁਕੱਦਮਾ ਚੱਲਦਾ ਸੀ ਸਰਹੰਦ ਦੀ ਕਚਹਿਰੀ ਵਿੱਚ। ਕਹਿਣ ਲੱਗੇ ਸਰਕਾਰ ਸਾਡਾ ਕੇਸ ਵਾਪਸ ਲੈ ਲਵੇ, ਇਹ ਕੰਮ ਅਸੀਂ ਕਰਨ ਲਈ ਤਿਆਰ ਹਾਂ। ਵਜ਼ੀਰ ਖਾਨ ਨੇ ਕਿਹਾ ਤੁਹਾਡਾ ਕੇਸ ਵਾਪਸ, ਇਨਾਮ ਦਿੱਤੇ ਜਾਣਗੇ। ਛਾਤੀ 'ਤੇ ਹੱਥ ਰੱਖ ਕੇ ਸੁਣਨ ਵਾਲੀ ਗੱਲ ਏ, ਇਹਨਾਂ ਪਾਪੀਆਂ ਨੇ ਸਾਹਿਬਜ਼ਾਦਿਆਂ ਨੂੰ ਧਰਤੀ 'ਤੇ ਲੁਟਾ ਕੇ ਛਾਤੀਆਂ ਉੱਤੇ ਗੋਡੇ ਰੱਖ ਕੇ ਛੁਰੀਆਂ ਨਾਲ ਸ਼ਹੀਦ ਕੀਤੇ। ਸ਼ਹੀਦ ਹੋਣ ਲੱਗਿਆਂ ਦੇ ਮੂੰਹ 'ਚ ਆਵਾਜ਼ ਆਈ, ਕਿਆ ਹੁਆ ਗਰ ਮਰ ਮਿਟੇ ਹੈ, ਹਮ ਵਤਨ ਕੇ ਵਾਸਤੇ ਬੁਲਬੁਲੇ ਕੁਰਬਾਨ ਹੋਤੀ ਹੈ ਚਮਨ ਕੇ ਵਾਸਤੇ। ਕਹਿੰਦੇ ਨੇ ਮਾਤਾ ਗੁਜਰੀ ਨੇ ਜ਼ਿਆਦਾ ਖਬਰ ਸੁਣੀ, ਬਰਦਾਸ਼ਤ ਨਹੀਂ ਕਰ ਸਕੇ। ਮਾਤਾ ਜੀ ਸੱਚਖੰਡ ਜਾ ਪਹੁੰਚੇ, ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਸੂਬੇਦਾਰ ਸਰਹੰਦ ਤੋਂ ਜ਼ਮੀਨ ਖਰੀਦੀ ਇਹਨਾਂ ਦਾ ਸੰਸਕਾਰ ਕਰਨ ਵਾਸਤੇ। ਕੋਈ ਗਰੀਬ ਤੋਂ ਗਰੀਬ ਚੜ੍ਹਾਈ ਕਰ ਜਾਏ ਪਿੰਡ ਦੇ 10-20-50-100 ਬੰਦਾ ਨਾਲ ਜਾਂਦਾ। ਲੇਕਿਨ ਕਿਤਨੀ ਹੈਰਾਨੀ ਦੀ ਗੱਲ ਹੈ, ਜ਼ਾਲਮ ਸਰਕਾਰ ਤੋਂ ਡਰਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਦੀ ਅਰਥੀ ਨਾਲ ਵਿਚਾਰਾ ਇਕੱਲਾ ਟੋਡਰ ਮੱਲ ਤੁਰਿਆ ਜਾ ਰਿਹਾ ਸੀ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਜੋਤੀ ਸਰੂਪ ਹੈ, ਇੱਥੇ ਤਿੰਨਾਂ ਦਾ ਸੰਸਕਾਰ ਕੀਤਾ ਗਿਆ। ਜਦੋਂ ਤੱਕ ਦੁਨੀਆ ਰਹੇਗੀ ਇਹ ਸ਼ਹੀਦਾਂ ਦੀਆਂ ਵਾਰਾਂ ਲੋਕ ਗਾਉਂਦੇ ਰਹਿਣਗੇ। ਸ਼ਾਇਰ ਨੇ ਲਿਖਿਆ ਕਲਗੀ ਧਰ ਦੇ ਚਾਰ ਲਾਡਲੇ ਖੇਡਾਂ ਖੇਡ ਕਮਾਲ ਗਏ। ਕਲਗੀ ਧਰ ਦੇ ਚਾਰ ਲਾਡਲੇ ਖੇਡ
ਵਿੱਚ ਟੀ ਸੀਰੀਜ਼ ਕੰਪਨੀ ਦਿੱਲੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।